ਹਾਂਜੀ ਪਿਆਰੇ ਵਿਦਿਆਰਥੀਓ, ਫਿਰ ਤੋਂ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ। ਸੋ PSSB ਯਾਨੀ ਕਿ ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਵੱਲੋਂ ਨੌਕਰੀਆਂ ਦਾ ਇੱਕ ਹੋਰ ਪਿਟਾਰਾ ਖੋਲ੍ਹ ਦਿੱਤਾ ਗਿਆ ਹੈ ਗਰੁੱਪ ਡੀ ਦੇ ਵਾਸਤੇ। ਤਾਂ ਬਹੁਤ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਗਰੁੱਪ ਡੀ ਦੀ ਜਿਹੜੀ ਭਰਤੀ ਉਹ ਆ ਰਹੀ ਹੈ। ਸੋ ਇੱਕ ਵਾਰ ਫਿਰ ਤੋਂ ਇਹ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਅਤੇ ਗਰੁੱਪ ਡੀ ਦੀ ਜਿਹੜੀ ਭਰਤੀ ਉਹ ਅਨਾਊਂਸ ਕਰ ਦਿੱਤੀ ਗਈ ਹੈ ਜੀ। ਤਾਂ ਪੋਸਟਾਂ ਦੀ ਗਿਣਤੀ ਹੈ 150 ਪਲੱਸ 22, ਠੀਕ ਹੈ ਜੀ। 150 ਜਿਹੜੀਆਂ ਪੋਸਟਾਂ ਨੇ ਉਹ ਹੈਗੀਆਂ ਨੇ ਤੁਹਾਡੀਆਂ ਸੇਵਾਦਾਰ ਦੀਆਂ ਅਤੇ 22 ਪੋਸਟਾਂ ਨੇ ਚੌਂਕੀਦਾਰ ਦੀਆਂ, ਠੀਕ ਹੈ ਜੀ। ਤਾਂ ਭਰਤੀ ਦੇ ਲਈ ਆਵੇਦਨ ਤੁਸੀਂ ਕਰਨ ਕਿ ਅਪਲਾਈ ਕਰਨਾ 23 ਅਗਸਤ 2024 ਤੋਂ। 23 ਅਗਸਤ ਤੋਂ ਇਸ਼ਤਿਹਾਰ ਛਪੇਗਾ, 26 ਤੋਂ ਅਪਲਾਈ ਹੋਣਾ ਸ਼ੁਰੂ ਹੋਵੇਗਾ ਅਤੇ 24 ਸਤੰਬਰ 2024 ਤੱਕ ਔਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਲਾਸਟ ਫੀਸ ਭਰਨ ਦੀ ਜਿਹੜੀ ਮਿਤੀ ਆ ਉਹ ਹੋਵੇਗੀ 27 ਸਤੰਬਰ। ਸੋ 150 ਪੋਸਟ ਜਿਹੜੀਆਂ ਸੇਵਾਦਾਰ ਦੀਆਂ ਨੇ, ਇਹਦੇ ਵਿੱਚ ਜਰਨਲ ਦੇ 53 ਨੇ, ਜਿਹਦੇ 'ਚੋਂ 15 ਜਿਹੜੀ ਹੈਗੀਆਂ ਉਹ ਫੀਮੇਲ ਕੈਂਡੀਡੇਟ ਦੇ ਲਈ ਰਿਜ਼ਰਵ ਨੇ। ਇਸ ਤੋਂ ਇਲਾਵਾ EWS ਕੈਟੇਗਰੀ ਦੇ ਲਈ 13 ਪੋਸਟਾਂ ਨੇ, SC ME&B 13, SC RO 13। ਇਸ ਤਰ੍ਹਾਂ ਮਤਲਬ ਹਰ ਜਿਹੜੀ ਸ਼੍ਰੇਣੀ ਆ ਉਹਦੇ ਲਈ ਜਿਹੜੀ ਕੈਟੇਗਰੀ ਬਾਈਫਰਕੇਸ਼ਨ ਆ ਉਹ ਦਿੱਤੀ ਗਈ ਹੈ ਪੋਸਟਾਂ ਦੀ। ਉਹ ਤੁਸੀਂ ਮੇਰੇ ਤੋਂ PDF ਪ੍ਰਾਪਤ ਕਰਨ ਲਈ ਵਟਸਐਪ ਨੰਬਰ 'ਤੇ ਮੈਸੇਜ ਕਰ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਚੌਂਕੀਦਾਰ ਦੀ ਦੇਖ ਸਕਦੇ ਹੋ, ਉੱਥੇ 22 ਪੋਸਟਾਂ ਦੀ ਬਾਈਫਰਕੇਸ਼ਨ ਦਿੱਤੀ ਹੋਈ ਹੈ, ਜਿਹਦੇ ਵਿੱਚੋਂ 4 ਪੋਸਟਾਂ ਫੀਮੇਲ ਕੈਂਡੀਡੇਟ ਦੇ ਲਈ ਰਿਜ਼ਰਵ ਨੇ, ਠੀਕ ਹੈ ਜੀ। ਤਾਂ ਇਹਦੇ ਵਿੱਚ ਵੀ ਜਰਨਲ ਦੀਆਂ 6 ਪੋਸਟਾਂ ਨੇ, ਇਕਨੋਮਿਕ ਵੀਕਰ ਸੈਕਸ਼ਨ 1 ਪੋਸਟ, SC ME&B 2 ਪੋਸਟਾਂ, SC RO 1 ਪੋਸਟ, BC 2, ਐਕਸ ਸਰਵਿਸਮੈਨ ਜਰਨਲ 3, ਜਿਹਦੇ 'ਚ 1 ਬੈਕਲੋਗ ਦੀ ਆ। ਸੋ ਇਹ ਵੀ ਤੁਸੀਂ ਦੇਖ ਸਕਦੇ ਹੋ, ਜਿਸ ਵੀ ਕੈਟਾਗਰੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ। ਵਿੱਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਮਿਡਲ ਕਲਾਸ ਪਾਸ ਯਾਨੀ ਕਿ 8ਵੀਂ ਕਲਾਸ ਪਾਸ ਤੁਹਾਡੀ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਅਤੇ ਇਨ ਕੇਸ ਆਫ ਬਲਾਈਂਡ ਪਰਸਨ ਔਰ ਇਨ ਕੇਸ ਆਫ ਟੈਰੋਰਿਸਟ ਅਫੈਕਟਡ ਜਿਹੜੇ ਪਰਸਨ ਹੈਗੇ ਨੇ, ਉਹਨਾਂ ਨੇ ਜੇ 8ਵੀਂ ਦੀ ਪ੍ਰੀਖਿਆ ਪਾਸ ਨਹੀਂ ਵੀ ਕੀਤੀ ਹੋਈ ਤਾਂ ਵੀ ਉਹ ਅਪਲਾਈ ਕਰ ਸਕਦੇ ਨੇ। ਉਮਰ ਸੀਮਾ ਦੀ ਗੱਲ ਕਰੀਏ ਤਾਂ ਘੱਟ ਤੋਂ ਘੱਟ ਉਮਰ ਤੁਹਾਡੀ 16 ਸਾਲ ਹੋਣੀ ਚਾਹੀਦੀ ਹੈ ਇਸ ਪੋਸਟ ਦੇ ਲਈ, ਅਤੇ ਵੱਧ ਤੋਂ ਵੱਧ ਜਿਹੜੀ ਉਮਰ ਉਹ 35 ਸਾਲ ਹੋਣੀ ਚਾਹੀਦੀ ਜਨਰਲ ਕੈਟਾਗਰੀ ਦੇ ਵਿੱਚ। ਅਤੇ ਇਸ ਤੋਂ ਇਲਾਵਾ SC ST ਕੈਟਾਗਰੀ 'ਚ 40 ਸਾਲ, ਠੀਕ ਹੈ ਜੀ। ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀ ਜਿਹੜੇ ਔਲਰੇਡੀ ਕੰਮ ਕਰ ਰਹੇ ਨੇ ਉਹਨਾਂ ਲਈ 45 ਸਾਲ ਦੀ ਜਿਹੜੀ ਉਮਰ ਹੈ ਉਹ ਵੀ ਅਪਲਾਈ ਕਰ ਸਕਦੇ ਨੇ। ਅਪਲਾਈ ਕਰਨ ਦੇ ਲਈ ਜਿਹੜੀ ਫੀਸ ਲੱਗਣੀ ਉਹ ਜਨਰਲ ਕੈਟਾਗਰੀ ਦੀ 1000 ਰੁਪਏ, ਠੀਕ ਹੈ ਜੀ। SC BC ਆਰਥਿਕ ਤੌਰ 'ਤੇ ਕਮਜ਼ੋਰ ਵਰਗ ਯਾਨੀ ਕਿ EWS ਦੀ 250 ਰੁਪਏ, ਸਾਬਕਾ ਫੌਜੀ ਅਤੇ ਐਕਸ ਸਰਵਿਸਮੈਨ ਡਿਪੈਂਡੈਂਟ ਜਿਹੜੇ ਹੈਗੇ ਨੇ ਉਹਨਾਂ ਲਈ 200 ਰੁਪਏ, ਅਤੇ ਫਿਜ਼ੀਕਲ ਹੈਂਡੀਕੈਪ ਦੇ ਲਈ 500 ਰੁਪਏ। ਤਾਂ ਗੱਲ ਕਰੀਏ ਪ੍ਰੀਖਿਆ ਦੀ, ਤਾਂ ਪ੍ਰੀਖਿਆ ਦੇ ਵਿੱਚ ਇਹਦੇ 2 ਭਾਗ ਹੋਣਗੇ, ਪ੍ਰੀਖਿਆ ਦਾ ਪਾਰਟ ਏ ਅਤੇ ਪਾਰਟ ਬੀ। ਇਹ ਜਿਹੜਾ ਹੈਗਾ ਪੰਜਾਬੀ ਦਾ ਪੇਪਰ ਹੋਵੇਗਾ ਜੋ ਕੁਆਲੀਫਾਈਂਗ ਨੇਚਰ ਦਾ ਹੋਵੇਗਾ, ਯਾਨੀ ਕਿ 50 ਨੰਬਰ ਦਾ ਜੋ 25 ਨੰਬਰ ਲੈਣੇ ਜ਼ਰੂਰੀ ਹੋਣਗੇ। ਅਤੇ ਜਿਹੜਾ ਭਾਗ ਦੂਜਾ ਹੋਵੇਗਾ ਉਹਦੇ 'ਚ ਤੁਹਾਡੀ ਵਿੱਦਿਅਕ ਯੋਗਤਾ ਦੇ ਆਧਾਰ ਦੇ ਉੱਪਰ ਜਿਹੜੇ ਪ੍ਰਸ਼ਨ ਨੇ ਉਹ ਪੁੱਛੇ ਜਾਣਗੇ। ਸੋ ਕਿਸੇ ਵੀ ਪੋਸਟ ਦੀ ਤਿਆਰੀ ਦੇ ਲਈ ਤੁਸੀਂ ਬਹੁਤ ਹੀ ਬਿਹਤਰੀਨ ਸਟੱਡੀ ਮਟੀਰੀਅਲ ਮਾਂ ਬੋਲੀ ਪੰਜਾਬੀ ਅਤੇ ਇੰਗਲਿਸ਼ ਦੋਨਾਂ ਦੇ ਵਿੱਚ ਪਰਚੇਸ ਕਰਨ ਲਈ ਸੰਪਰਕ ਕਰ ਸਕਦੇ ਹੋ 95-696-77-123 ਜਾਂ ਫਿਰ 98-763-71-788। ਸੋ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਕੈਂਡੀਡੇਟਸ ਨਾਲ ਸ਼ੇਅਰ ਕਰਨਾ ਨਾ ਭੁੱਲੋ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਤਾਂ ਕਿ ਅਪਡੇਟਡ ਜਾਣਕਾਰੀ ਤੁਹਾਨੂੰ ਹਰ ਵਕਤ ਸਹੀ ਟਾਈਮ ਦੇ ਉੱਪਰ ਮਿਲਦੀ ਰਹੇ। ਥੈਂਕ ਯੂ, ਥੈਂਕਸ ਫੋਰ ਵਾਚਿੰਗ।